जिदा मैनू देख आए हो पहला घर दे पसंद सी सारा कुछ वधिया जी। हाँ जी बलजिंदर सानू बहुत नाइस लगे ते फिर सोचा नहीं कि साडा रिश्ता होगा वधिया। फैमिली दे बिहेव ते जा अपने घर परिवार दे बिहेव ते साडा रिश्ता होया। ये गल मैं मानदा कि मेरी फैमिली करके मेरा रिश्ता हो गया उन्होंने मैं मेरे परिवार करके मैं वधिया ਉਹਦੇ ਹਿਸਾਬ ਤੇ ਰੱਖਿਆ ਉਹਨੇ ਹਨਾ ਮੰਮੀ ਪਾਪਾ ਬਹੁਤ ਚੰਗੇ ਨੇ ਇਸ ਵਿੱਚ ਮੈਂ ਸੋਚਿਆ ਸੀ ਸ਼ੁਰੂ ਤੋਂ ਸੋਚਦੀ ਕਿ ਮੈਂ ਫੈਮਿਲੀ ਲਈ ਅੰਦਰਤਾਰੀ ਸਿੱਖ ਫੈਮਿਲੀ ਸੀ ਮੈਂ ਦੇਰਾ ਬਾਦ ਤੋਂ ਬਹੁਤ ਓਪੋਜ਼ਿਟ ਆ ਮੈਂ ਚਾਹੁੰਦੀ ਸੀ ਕਿ ਮੈਨੂੰ ਫੈਮਿਲੀ ਜਿੱਤੇ ਅੰਦਰ ਸੱਚਾ ਹੋਇਆ ਨਾ ਮੈਂ ਉਦਾਂ ਨਹੀਂ ਹੋਇਆ ਤਾਂ ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੋਂ। मिले जफ्फी पा के मिले बहुत वधिया लगा ਮੈਨੂੰ ਇਦਾਂ ਦਾ ਤਾਂ ਕੋਈ ਨਹੀਂ ਲੱਗ ਰਿਹਾ ਗੁੱਸੇ ਵਾਲਿਆ ਬਹੁਤ ਨਾਈਸ ਲੱਗੇ ਮੰਮਾ ਸਾਨੂੰ ਇਦਾਂ ਹੀ ਪਤਾ ਲੱਗਿਆ ਕਿ ਪਿੰਡ ਵਾਲਿਆਂ ਨੇ ਵਿਚੋਲਿਆਂ ਨੇ ਸਾਨੂੰ ਫੋਨ ਕੀਤਾ ਕਿ ਬਲਜਿੰਦਰ ਦਾ ਅਸੀਂ ਰਿਸ਼ਤਾ ਕਰਾਉਣਾ ਹੈ ਨਾ ਫਿਰ ਅਸੀਂ ਬਲਜਿੰਦਰ ਨੂੰ ਪੁੱਛ ਕੇ ਹਾਂ ਕੀਤੀ ਕਿ ਬਲਜਿੰਦਰ ਤੈਨੂੰ ਚੰਗਾ ਲੱਗਦਾ ਤਾਂ ਫਿਰ ਠੀਕ ਹੈ ਬਲਜਿੰਦਰ ਨੇ ਹਾਂ ਠੀਕ ਕਿਹਾ ਕਿ ਹਾਂ ਕਿ ਮੈਂ ਤੁਸੀਂ ਦੇਖ ਲਓ ਪਹਿਲਾਂ ਮੈਨੂੰ ਤਾਂ ਠੀਕ ਆ ਤੁਸੀਂ ਆਪਣੀ ਸਲਾਹ ਕਰਕੇ ਸਾਨੂੰ ਦੱਸੋ ਫਿਰ ਅਸੀਂ ਆ ਕੇ ਇਸਕੇ ਆ ਕੇ ਗੱਲ ਕਰਦੇ ਹਾਂ ਇੱਥੇ ਆ ਕੇ ਬਲਜਿੰਦਰ ਨੂੰ ਪੁੱਛਿਆ ਅਸੀਂ ਕੁੜੀ ਠੀਕ ਲੱਗਦੀ ਤੈਨੂੰ ਠੀਕ ਹੈ ਗੱਲਬਾਤ ਚੱਲ ਸਰਦਾਰਨੀ ਏ ਉਹ ਤੈਨੂੰ ਉਮਰ ਮੇਰੀ ਲੱਗ ਜਾਵੇ ਬਸ ਵਜੀ ਤੂੰ ਮਤ ਹੋ ਗਿਆ ਵਜੀ ਹੁਣ ਤਾਂ ਇਦਾਂ ਇਦਾਂ ਮੈਂ ਕਦੀ ਵਿਚਾਰੀ ਨੂੰ ਉਹਨੂੰ ਨਹੀਂ ਸੁਣਾਇਆ ਯਾਰ
हाँ आप दो बार ही मिले हाँ जदा दो बार एक दूजे ने बाई फेस देखा सी है ना फिर बाद चो सा जो भी गलबात हुई है जो असी एक कॉन्टैक्ट होया सा ना वो सिर्फ फेसबुक तो होया हाँ गुड फ्रेंड बने से असी पहला कि उन्होंने मेरा नेचर वधिया लग्या सी असी जिदा गुड फ्रेंड तो बाद असी होर क्लोज हो गए और बस हौली हौली क्लोज होंदे होंदे अज इदा के माड़े दिन आ गए साले ते ब्याह करवाना पाया नहीं बहुत वधिया दिन है मैं बहुत खुश हाँ मतलब बहुत खुश हूँ मैं जी बहुत खुश हूँ ਇਨੀ ਥਿੰਕਿੰਗ ਕਰਨਾ ਐਕਟਿਵ ਸੋਚਣਾ ਹੀ ਨਹੀਂ ਮੈਂ ਵੀ ਸੋਚਾ ਮੈਨੂੰ ਗੁੱਸੇ ਹੁੰਦੇ ਕਿ ਇਦਾਂ ਸੋਚਦੀ ਕਿਉਂ ਤੇ ਦੂਸਰੀ ਹੈ ਟਰਸਟ ਬਹੁਤ ਛੇਤੀ ਕਰਦੇ ਸਾਰੇ ਇਹਨਾਂ ਐਕਟਿਵ ਹੀ ਹੈ ਤੇ ਪੋਜ਼ਿਟਿਵ ਹੀ ਹੈ जी वधिया मिले फैमिली वधिया खांदा पींदा नहीं कोई हैगा जिद्दां दे घर दे उद्दां दे ऐस करदे आ इह बचपन तो बचपन च बहुत नोटी सी बहुत शरारती सी लेकिन जिस तरह बड़ा होता गया बहुत समझदार होता गया हरेक की हेल्प बहुत ज्यादा करता ਹੁੰਦਾ ਸੀਗਾ ਮੈਂ ਆਉਂਦੀ ਸੀਗੀ ਜਿੱਦਾਂ ਕਿ ਹਰੇਕ ਜਦੋਂ ਵੀ ਆਉਂਦੀ ਸੀ ਵੱਡਾ ਹੋਇਆ ਹੁੰਦਾ ਸੀ ਮੈਂ ਜਿੱਦਾਂ ਬਹੁਤ ਚਾਹੁੰਦੀ ਸੀ ਵੀ ਸਾਡੇ ਕੋਲ ਆਵੇ ਪਰ ਅਸੀਂ ਬਹੁਤ ਟਰਾਈ ਕੀਤੀ ਨਹੀਂ ਆਇਆ ਅਸੀਂ ਬਹੁਤ ਮਿਸ ਕਰਦੇ ਸੀਗੇ ਜਿੱਦਾਂ ਮੈਂ ਤਾਂ ਬਲਜਾ ਨੂੰ 6 ਮਹੀਨੇ ਦਾ ਛੱਡ ਕੇ ਇੱਥੇ ਜਦੋਂ ਮੈਂ ਗਿਆ ਇੱਥੋਂ ਨਾ 6 ਮਹੀਨੇ ਦਾ ਇਹ ਜਦੋਂ ਮੈਂ ਵਾਪਸ ਆਇਆ ਮੈਂ ਉਦੋਂ ਮੈਂ ਉੱਥੋਂ 7 ਸਾਲ ਬਾਅਦ ਆਇਆ 7.5 ਸਾਲ ਮੈਂ ਬਹੁਤਾ ਇਹਨਾਂ ਦੀ ਮਤਲਬ ਜ਼ਿੰਦਗੀ ਯੋਗਦਾਨ ਨਹੀਂ ਪਾਇਆ ਕੋਈ ਇੱਕੋ ਇੱਕ ਬੇਟਾ ਹੋਵੇ ਕੁਛ ਹਾਲਾਤ ਇੱਦਾਂ ਦੇ ਸੀ ਮੈਨੂੰ ਮਜਬੂਰ ਘਰ ਵਾਲੋਂ ਵੀ ਨਹੀਂ ਕੋਈ ਮਤਲਬ ਇੱਦਾਂ ਦੇ ਨਹੀਂ ਸੀ ਕੋਈ ਵੀ ਉੱਦਾਂ ਹੀ ਕੋਈ ਹਾਲਾਤ ਇੱਦਾਂ ਦੇ ਸੀ ਉਦੋਂ ਗੇੜ ਜਿਹੜੇ ਸਿੱਖਾਂ ਨਾਲ ਹੋਣ ਡਿਆ ਸੀ ਫਿਰ ਉਹਨਾਂ ਗੇੜਾਂ 'ਚ ਫਿਰ ਘਰ ਛੱਡਣਾ ਬਲਜਿੰਦਰ ਦੀ ਦਾਦੀ ਮਾਂ ਲੱਗਦੀ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਮੈਂ ਵੀ ਉਹਨਾਂ ਬਹੁਤ ਪਿਆਰ ਕਰਦੀ ਮੈਂ ਜਿੱਦਾਂ ਉਹ ਤੋਂ ਵਗੈਰਾ ਰਹਿ ਨਹੀਂ ਸਕਦੀ ਸਾਨੂੰ ਬਹੁਤ ਖੁਸ਼ੀ ਆ ਵੀ ਜਿੱਦਾਂ ਵੀ ਦੋਨਾਂ ਦੀ ਜੋੜੀ ਬਣੀ ਆ ਜਿੱਦਾਂ ਬਹੁਤ ਚਿਰ ਦੇ ਤੱਕ ਦੇਖਦੇ ਸੀਗੇ ਸਾਨੂੰ ਬਹੁਤ ਖੁਸ਼ੀ ਆ ਵੀ ਠੀਕ ਠਾਕ ਰਹਿਣ ਅਸੀਂ ਬਹੁਤ ਵਧਾਈਆਂ ਦਿੰਦੇ ਹਾਂ ਇਹਨਾਂ ਨੂੰ ਜਿੱਦਾਂ ਛੋਟੇ ਹੁੰਦੇ ਨਾਲ ਹੀ ਮੈਂ ਹੀ ਉਹਨੂੰ ਪਾਲਿਆ ਸਭ ਕੁਛ ਉਹਦਾ ਮੈਂ ਹੀ ਕਰਦੀ ਰਹੀ ਉਹਦੀ ਮੰਮੀ ਨੂੰ ਵੀ ਨਹੀਂ ਛੋੜਾਉਂਦੀ ਹੁੰਦੀ ਪਿੱਛੇ ਪਿੱਛੇ ਆਉਂਦਾ ਮੇਰੀ ਚੱਲ ਵੇ ਨਾ ਆਈ ਚੀਰੇ ਵਾਲਿਆ ਵੇਖਦਾ ਆਈ ਵੇ ਮੇਰਾ ਲੌਂਗ ਵਾਚਾ ਪਿੱਛੇ
पिछे आंदा मेरी चाल बनाई, पिछे पिछे आंदा मेरी चाल बनाई, चीर वाले वेखदा वे मेरा लौंग वाचा, मेरा लौंग वाचा, मेरा लौंग वाचा, मेरा लौंग वाचा, मेरा लौंग वाचा। ਅਸੀਂ ਚੰਡੀਗੜ੍ਹ ਰਹਿੰਦੇ ਸੀ ਦੋਨੇ ਜਣੇ, ਗਏ ਅਸੀਂ ਪੜ੍ਹਨ ਲਈ ਸੀ, ਪਰ ਅਸੀਂ ਉੱਥੇ ਪੜ੍ਹਦੇ ਨਹੀਂ ਸੀ, ਆਪਣਾ ਫਨ ਕਰਦੇ ਸੀ। ਐਡਮਿਸ਼ਨ ਲਈ ਸੀ ਪਰ ਅਸੀਂ ਐਡਮਿਸ਼ਨ ਤੋਂ ਬਾਅਦ ਗਏ ਹੀ ਨਹੀਂ ਯੂਨੀਵਰਸਿਟੀ 'ਚ। ਚੰਡੀਗੜ੍ਹ ਯੂਨੀਵਰਸਿਟੀ 'ਚ ਐਡਮਿਸ਼ਨ ਲਈ ਸੀ ਪਰ ਅਸੀਂ ਪਹੁੰਚੇ ਨਹੀਂ ਉੱਥੇ। ਆਪਣਾ ਫਲੈਟ ਲਿਆ ਅਤੇ ਫਲੈਟ ਲੈਣ ਤੋਂ ਬਾਅਦ ਬਸ ਆਪਣਾ ਫਨ ਕੀਤਾ, ਘੁੰਮਦੇ ਰਹੇ, ਦਿਨੇ ਸੁੱਤੇ ਰਹਿਣਾ, ਰਾਤ ਨੂੰ ਸਾਰੀ ਰਾਤ ਚੰਡੀਗੜ੍ਹ 'ਚ ਗੇੜੀਆਂ। ਬਸ ਪੁੱਛੋ ਵੀਰੇ ਕੀ ਪੁੱਛਣਾ, ਯਾਰੀ ਦੋਸਤੀ ਕਿੰਨੀ ਪੁਰਾਣੀ ਆ, ਆਪਾਂ ਝੂਠੀ ਬੋਲਣਾ ਵੈਸੇ ਤਾਂ। ਯਾਰੀ ਦੋਸਤੀ ਬਹੁਤੇ ਪੁਰਾਣੇ ਟਾਈਮ ਤੋਂ ਤਾਂ ਨਹੀਂ ਭਾਵੇਂ, ਪਰ ਬਹੁਤੇ ਘੱਟ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਗੁੜ ਪੈ ਗਿਆ ਸਾਡਾ, ਅਤੇ ਹੁਣ ਭਰਾਵਾਂ ਤੋਂ ਵੀ ਵੱਧ ਵਰਤਦੇ ਹਾਂ, ਇੱਦਾਂ ਹੀ ਵਰਤਦੇ ਰਹਿਣਾ। ਵੀਰ ਦੀ ਆਵਾਜ਼ ਲੱਗੀਆਂ ਰੌਣਕਾਂ ਪੂਰੀਆਂ, ਅਤੇ ਕੱਲ੍ਹ ਨੂੰ ਵੀ ਲੱਗਣੀਆਂ ਇੱਦਾਂ ਹੀ, ਕੈਚ ਕਰਿਓ ਤੁਸੀਂ ਬਸ। ਸਭ ਤੋਂ ਮੈਮੋਰੇਬਲ ਗੱਲ ਹੈ ਜਿਹੜੀ, ਅਸੀਂ ਹੋਲੀ ਜਿਹੜੀ ਪਿਛਲੇ ਤੋਂ ਪਿਛਲੇ ਸਾਲ ਦੀ ਮਨਾਈ ਸੀ ਜਿਹੜੀ ਇਕੱਠਿਆਂ, ਹੈ ਨਾ, ਅਤੇ ਪਹਿਲਾ ਤਿਉਹਾਰ ਸੀ ਸਾਡਾ ਇਕੱਠਿਆਂ ਦਾ ਸਾਰਿਆਂ ਦਾ, ਅਤੇ ਗੇੜੀ ਰੂਟ 'ਤੇ ਹੋਟਲ ਮਾਊਂਟ ਵਿਊ ਦੇ ਸਾਹਮਣੇ ਅਸੀਂ ਹੋਲੀ ਸੈਲੀਬ੍ਰੇਸ਼ਨ ਕੀਤੀ ਸੀਗੀ। ਹੈਪੀ ਹੋਲੀ, ਬੜੀ ਜ਼ਿਆਦਾ ਘੈਂਟ ਮੂਮੈਂਟ ਸੀਗੀ ਉਹ, ਪਰ ਕਿਉਂਕਿ ਇੰਨੀ ਜ਼ੋਰਦਾਰ ਹੋਲੀ ਅਸੀਂ ਪਹਿਲਾਂ ਨਹੀਂ ਸੀ ਕਦੇ ਮਨਾਈ, ਜਦੋਂ ਯਾਰ ਦੋਸਤ ਜਿੰਨੇ ਆਪਾਂ ਖੜ੍ਹੇ ਹਾਂ ਸਾਰੇ ਰਲੇ, ਆਪਾਂ ਸਾਰੇ ਇਕੱਠੇ ਹੋਏ, ਬੜੀ ਘੈਂਟ ਹੋਲੀ ਸੀ ਉਹ। ਅਤੇ ਉਦੋਂ ਬਾਅਦ ਧਾਲੀਵਾਲ ਸਾਹਿਬ ਦਾ, ਆਪਣੇ ਜਿਹੜਾ ਲਾੜਾ ਸਾਹਿਬ ਨੇ, ਉਹਨਾਂ ਦਾ ਇੱਕ ਸਭ ਤੋਂ ਘੈਂਟ ਡਾਇਲੋਗ ਜਿਹੜਾ ਹਮੇਸ਼ਾ ਰਹਿੰਦਾ, ਵੀ ਉਹ ਦਿਹਾੜੀ ਦੇ ਵਿੱਚ 3-4 ਵਾਰੀ ਇਹ ਗੱਲ ਜ਼ਰੂਰ ਕਹਿੰਦੇ ਨੇ, ਸਾਰੇ ਇਕੱਠੇ ਕਹਿਣਗੇ ਭੁੱਖ ਲੱਗੀ ਆ ਬਾਈ ਜੀ। ਭੰਗੜੇ ਦੀ ਸ਼ੁਰੂਆਤ ਅਸੀਂ ਕੀਤੀ ਡੀ ਜੇ 'ਤੇ, ਜਿੱਦਾਂ ਹੀ ਗਾਣਾ ਲੱਗਿਆ ਤਾਂ ਆਪਾਂ ਉਦੋਂ ਰੋਟੀ ਆਪਣਾ ਅਜੇ ਆਏ ਸੀਗੇ, ਆਪਾਂ ਸਨੈਕਸ ਵਗੈਰਾ ਲੈ ਰਹੇ ਸੀ, ਸਾਥੋਂ ਰਹਿ ਨਹੀਂ ਹੋਇਆ, ਘਰਦਿਆਂ ਤੋਂ ਵੀ ਪਹਿਲਾਂ ਅਤੇ ਪਿੰਡ ਵਾਲਿਆਂ ਤੋਂ ਵੀ ਪਹਿਲਾਂ ਨੱਚਣ ਦੀ ਸ਼ੁਰੂਆਤ ਅਸੀਂ ਕੀਤੀ, ਗਾਹ ਪਾਇਆ ਫੁੱਲ, ਉਦੋਂ ਬਾਅਦ ਫਿਰ ਪੈਂਦਾ ਰਿਹਾ। ਇੱਥੇ ਅਸੀਂ ਪਹਿਲਾਂ ਇੱਕ ਦੂਜੇ ਨੂੰ ਦੇਖਿਆ ਸੀ ਮੈਰਿਜ 'ਤੇ, ਗਏ ਵੀ ਉੱਥੇ ਇੱਕ ਦੂਜੇ ਨੂੰ ਦੇਖਿਆ, ਵਧੀਆ ਲੱਗਾ। ਅਤੇ ਮੈਂ ਘਰਦਿਆਂ ਨੇ ਇੱਕ ਵਾਰੀ ਗੱਲ ਕੀਤੀ ਸੀ, ਉਸ ਟਾਈਮ ਘਰਦਿਆਂ ਨੇ ਕਿਹਾ ਚਲੋ ਠੀਕ ਜਦੋਂ ਕਰਾਂਗੇ ਸੋਚਾਂਗੇ, ਅਤੇ ਬਾਅਦ 'ਚ ਆਪੇ ਰਿਸ਼ਤੇਦਾਰਾਂ 'ਚ ਇੱਕ ਦੂਜੇ ਨੂੰ ਜਾਣਦੇ ਸੀ ਅਤੇ ਆਪੇ ਰਿਸ਼ਤਾ ਹੋ ਗਿਆ। ਤਾਂ ਗੁਰ ਦਸਨ ਜੋਗ ਸੀ ਵਾਹਿਗੁਰੂ ਜੀ ਨੇ ਲਿਖਿਆ ਸੀ, ਹੋ ਗਿਆ। ਪਿਆਰ ਤੇਰੇ ਦਾ ਅਸਰ ਹੈ, ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ, ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ, ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ, ਅੱਖੀਆਂ ਦੇ ਵਿੱਚ ਘੁੰਮਦਾ ਸੋਹਣਾ ਚਿਹਰਾ ਆਵੇ, ਦਿਲ ਜੋ ਮੇਰਾ ਚੈਨ ਜ਼ਰਾ ਵੀ ਪਾਵੇ ਨਾ। ਫਾਰਮ ਵਾਸਤੇ ਮੈਸੇਜ ਕਿ ਆਪਣੇ ਵਧੀਆ ਅੱਗੇ ਵੀ ਬਹੁਤ ਵਧੀਆ ਦਿਨ ਸੀ, ਹੁਣ ਉਹ ਤੋਂ ਵੀ ਵਧੀਆ ਆਉਣੇ ਆ, ਥੋੜ੍ਹਾ ਜਿਹਾ ਟਰੱਸਟ ਕਰਨਾ ਸਿੱਖੋ, ਥੋੜ੍ਹਾ ਜਿਹਾ ਡਰ ਜਾਂਦੀ ਛੇਤੀ, ਅਤੇ ਬਸ
ਵਧੀਆ ਬਹੁਤ ਵਧੀਆ ਦੇਣਾ ਪੜਿਆ ਨੇ ਬਹੁਤ ਵਧੀਆ ਵਧੀਆ ਲਾਈਫ ਮੇਰੇ ਵੱਲੋਂ ਤਾਂ ਨਹੀਂ ਮੈਨੂੰ ਲੱਗਦਾ ਕਦੀ ਵੀ ਤੈਨੂੰ ਇੱਦਾਂ ਦਾ ਗੰਦਾ ਫੀਲ ਹੋਊਗਾ ਤੇਰੇ ਮੂੰਹ 'ਚੋਂ ਐਂ ਨਹੀਂ ਕਦੀ ਨਿਕਲਦਾ ਵੀ ਮੈਂ ਵਿਆਹ ਕਰਾ ਕੇ ਪਛਤਾ ਲਈ ਪਛਤਾ ਨਹੀਂ ਆ ਤੇਰੇ ਨਾਲ ਐਂ ਨਹੀਂ ਕਦੀ ਹੁੰਦਾ ਬੋਲਾਂ ਕਣੀਆਂ ਨਾਲ ਜਦੋਂ ਬਰਸਾਤ ਹੋਈ ਮੇਰੇ ਕਹਿਣ ਤੇ ਰੋਸ਼ਨੀ ਵੀ ਚੰਨ ਦੇਣ ਲੱਗਾ ਤਾਰਿਆਂ ਦੇ ਨਾਲ ਮੇਰੀ ਸੀ ਮੁਲਾਕਾਤ ਹੋਈ ਹੁਣ ਨਾ ਮੈਨੂੰ ਧੁੱਪ ਲੱਗਦੀ ਨਾ ਠੰਡ ਲੱਗਦੀ ਇਹ ਹਨੇਰਾ ਕਦੇ ਵੀ ਮੈਨੂੰ ਡਰਾਵੇ ਬਲਜਿੰਦਰਪਾਲ ਜੀ ਹਮੇਸ਼ਾ ਮੈਨੂੰ ਜਦੋਂ ਵੀ ਮੈਂ ਕਿਤੇ ਗਲਤ ਰਸਤੇ 'ਤੇ ਜਾਵਾਂ ਤਾਂ ਮੈਨੂੰ ਹਮੇਸ਼ਾ ਅਵੇਅਰ ਕਰਦੇ ਆ ਅਤੇ ਮੈਂ ਬਲਜਿੰਦਰਪਾਲ ਜੀ ਨੂੰ ਬਾਈ ਲਵ ਬੱਲਾ ਬਰੋ ਵੀ ਕਹਿ ਦਿੰਦੀ ਹਾਂ ਅਤੇ ਜਦੋਂ ਵੀ ਅਸੀਂ ਕਦੀ ਕਿਤੇ ਘੁੰਮਣ ਵਗੈਰਾ ਜਾਈਦਾ ਅਸੀਂ ਬਹੁਤ ਇੰਜੋਏ ਕਰੀਦਾ ਆ ਛੋਟੇ ਹੁੰਦੇ ਅਸੀਂ ਲੜਦੇ ਵੀ ਬਹੁਤ ਹੁੰਦੇ ਸੀਗੇ ਅਤੇ ਲੜਦੇ ਜ਼ਿਆਦਾ ਹੁੰਦੇ ਸੀਗੇ ਪਰ ਪਿਆਰ ਵੀ ਬਹੁਤ ਜ਼ਿਆਦਾ ਸੀਗਾ ਸੀ ਉਹ ਗੱਲਾਂ ਚੇਤੇ ਆਉਂਦੀਆਂ ਹੁਣ ਅਸੀਂ ਦੂਰ ਦੂਰ ਬੈਠੇ ਹਾਂ ਇੰਨੀ ਦੂਰ ਦੂਰ ਬਹੁਤ ਫਿਕਰ ਹੁੰਦੀ ਸੀ ਕਿ ਸਾਡੇ ਕੋਲ ਆ ਜਾਵੇ ਛੇਤੀ ਆ ਜਾਵੇ ਅਤੇ ਪਰ ਚਲੋ ਜਿੱਥੇ ਵੀ ਰਹੇ ਅਸੀਂ ਇਹੀ ਕਹੂੰਗੇ ਖੁਸ਼ ਰਹੇ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਅੱਜ ਪਰ ਸਾਡੀ ਇਹੀ ਕੋਸ਼ਿਸ਼ ਸੀਗੀ ਕਿ ਅਸੀਂ ਛੇਤੀ ਤੋਂ ਛੇਤੀ ਇਹਨੂੰ ਆਪਣੇ ਕੋਲ ਬੁਲਾ ਲਈਏ ਹੈ ਨਾ ਅਤੇ ਪਰ ਚਲੋ ਅਸੀਂ ਹੁਣ ਵੀ ਬਹੁਤ ਖੁਸ਼ ਹਾਂ ਜਿੱਥੇ ਵੀ ਰਹਿਣ ਜਦੋਂ ਖੁਸ਼ ਰਹਿਣ ਦੋਨੋਂ ਹੈ ਨਾ ਅਤੇ ਕਹੋ ਕਿ ਮੇਰੀ ਇੱਕੋ ਭਰਾ ਕਰਕੇ ਆਈ ਡੋਂਟ ਨੋ ਮੇਰੀ ਜਾਨ ਆਏ ਖੁਸ਼ੀ ਖੁਸ਼ੀ ਮੇਰੇ ਕੋਲ ਸ਼ੋ ਨਹੀਂ ਕਰ ਹੁੰਦੀ ਕਿ ਮੈਂ ਕਿੰਨੀ ਖੁਸ਼ ਹਾਂ ਅੱਜ ਜਿੱਥੇ ਵੀ ਰਹੇ ਮੈਂ ਇਹੀ ਕਹੂੰਗੀ ਉਮਰ ਲੰਬੀ ਹੋਵੇ ਖੁਸ਼ ਰਹੇ ਜਿੱਥੇ ਵੀ ਰਹੇ ਮੈਨੂੰ ਇਹਦਾ ਬਹੁਤ ਜ਼ਿਆਦਾ ਆਸਰਾ ਹੈ ਸੀ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਔਰ ਮੈਂ ਇਹਨੂੰ ਆਪਣਾ ਭਾਣਜਾ ਨਹੀਂ ਬਲਕਿ ਮੈਂ ਇਹਨੂੰ ਆਪਣਾ ਬੇਟਾ ਸਮਝਦੀ ਹਾਂ ਔਰ ਇਹ ਵੀ ਮੈਨੂੰ ਆਪਣੀ ਮਾਂ ਦੇ ਬਰਾਬਰ ਅੱਜ ਤੱਕ ਦਰਜਾ ਦਿੰਦਾ ਰਿਹਾ ਡੰਡੋਤ ਵੰਦਨ ਅਨੇਕ
ਸਾਡਾ ਵਿਆਹ ਨਾ ਜਿਹੜਾ ਸਾਨੂੰ ਨਹੀਂ ਮੇਰੇ ਸਾਰੇ ਰਿਲੇਟਿਵਾਂ ਨੂੰ ਬਹੁਤ ਯਾਦ ਰਹੂਗਾ। ਮੈਨੂੰ ਪਰਮ ਦੀ ਆਹੀ ਗੱਲ ਬਹੁਤ ਵਧੀਆ ਲੱਗਦੀ ਆ ਕਿ ਉਹ ਸਿਰ 'ਤੇ ਚੁੰਨੀ ਹਰ ਟਾਈਮ ਸਿਰ 'ਤੇ ਚੁੰਨੀ ਲੈ ਕੇ ਰੱਖਦੀ ਆ, ਅਤੇ ਇਹ ਗੱਲ ਮੈਨੂੰ ਬਹੁਤ ਅਟਰੈਕਟ ਕੀਤੀ, ਮੈਨੂੰ ਵਧੀਆ ਲੱਗਦਾ। ਇਹ ਨਹੀਂ ਮੈਂ ਚਾਹੁੰਦਾ ਹਾਂ ਕਿ ਮੇਰੀ ਘਰ ਵਾਲੀ ਸਿਰ 'ਤੇ ਚੁੰਨੀ ਲੈ ਕੇ ਰੱਖੇ ਜਾਂ ਇੱਦਾਂ ਉੱਦਾਂ, ਪਰ ਉੱਦਾਂ ਉਹਦੇ ਸਜਦੀ ਆ, ਮੈਨੂੰ ਵਧੀਆ ਲੱਗਦਾ, ਮੈਨੂੰ ਵੀ ਵਧੀਆ ਲੱਗਦਾ। ਚੁੰਨੀ ਸਿਰੀ ਉੱਤੋਂ ਲੱਥਣ ਤੋਂ ਹੋਵੇ ਡਰਦੀ ਬੇਬੇ ਲੱਭਦੀ ਇਹਨੂੰ ਜਮਾ ਤੇਰੇ ਵਰਗੀ ਲੱਭਦੀ ਇਹਨੂੰ ਜਮਾ ਤੇਰੇ ਵਰਗੀ। ਚੁੰਨੀ ਸਿਰੀ ਉੱਤੋਂ ਲੱਥਣ ਤੋਂ ਹੋਵੇ ਡਰਦੀ ਬੇਬੇ ਲੱਭਦੀ ਇਹਨੂੰ ਜਮਾ ਤੇਰੇ ਵਰਗੀ। ਹੁਣ ਇੱਕੋ ਸਾਡੀ ਮੰਗ ਸਾਨੂੰ ਆ ਗਈ ਹੈ ਪਸੰਦ ਵਿੱਚ ਸੋਹਣੀਏ ਵਿੱਚੋਂ ਲਾਪਾ ਨੀ ਲੈਣਾ ਤੈਨੂੰ ਫੈਮਿਲੀ ਦੀ ਮੈਂਬਰ ਬਣਾ। ਚੁੱਲੇ ਚੌਂਕੇ ਵਾਲਾ ਹੋਵੇ ਸਾਰਾ ਜਾਣਦੀ ਬੇਬੇ ਬਾਪੂ ਦਾ ਵੀ ਹੋਵੇ ਰੱਖਦੀ ਧਿਆਨ ਜੀ। ਉਹ ਕੰਮ ਚੁੱਲੇ ਚੌਂਕੇ ਵਾਲਾ ਹੋਵੇ ਸਾਰਾ ਜਾਣਦੀ ਹੋ ਬੇਬੇ ਬਾਪੂ ਦਾ ਵੀ ਹੋਵੇ ਰੱਖਦੀ ਧਿਆਨ ਜੀ। ਕਰੇ ਪੂਰਾ ਸਤਿਕਾਰ ਸਾਡਾ ਚਾਵੇ ਪਰਿਵਾਰ ਖਾਊ ਜੱਟ ਵੀ ਨਾ ਤੇਰਾ ਵਸਾ ਨੀ ਲੈਣਾ ਤੈਨੂੰ ਵਧੀਆ। ਨੇਚਰ ਬਹੁਤ ਵਧੀਆ, ਸੇਮ ਮੇਰੇ ਵਾਂਗੂ ਆ, ਬਸ ਇਹ ਵਧੀਆ ਲੱਗਦਾ ਚੁੱਪ ਰਹਿੰਦੀ ਆ। ਮੈਂ ਵੀ ਇੰਨਾ ਬੜਾ ਨਹੀਂ ਬੋਲਦਾ, ਮੈਂ ਵੀ ਚੁੱਪ ਹੀ ਰਹਿੰਦਾ। ਮੇਰੀ ਸਖੀਆਂ ਦੇ ਨਾਲ ਸਾਂਝ ਮੁੱਕੀ ਮੇਰਾ ਪਿੰਡ ਹੋਇਆ ਪਰਜਾਈਆਂ ਦਾ ਮੇਰੀ ਸੁੱਖ ਸਾਂਧ ਦਾ ਪਤਾ ਲੈਣਾ ਵੇ ਤੁਹਾਡਾ ਪੁੰਨ ਹੋਊਗਾ ਪਾਈਆਂ ਦਾ ਇੱਕ ਪਲ ਨਾ ਅੱਖੀਓ ਦੂਰ ਕਰਦੀ ਇੱਕ ਪਲ ਨਾ ਅੱਖੀਓ ਦੂਰ ਕਰਦੀ ਤੇ ਅੱਜ ਤੋਰੇ ਕੱਲੀ ਨੀ ਨੀ ਮਾਏ ਇੱਕ ਕਰ ਤੇਰਾ ਜੋੜਿਆ ਦੇ ਜੋੜਨ ਚੱਲੀ ਨੀ ਮਾਏ ਇੱਕ ਕਰ ਤੇਰਾ।
कि मैं देखदा मैं किदां दा मेरा बाप ठीक लगदा मैं बोल नहीं करनी तो पैनी है यार वह भुजे बह के ले लो तो नहीं कोई चक्कर यार ब्याह आया हुण इन्ना तो करो यार मैं सीआर हुंदा सी क्लास दा ते भाजी प्लेयर हुंदा सी कॉलेज दा भाजी आउंदा नहीं हुंदा सी ते मैं भाजी दियां अटेंडेंसां लाउंदा हुंदा सी ते इदां ही अटेंडेंसां लाउंदे लाउंदे साडा फ्रेंड सर्कल होर अगे वधदा गया ਤੇ ਵਾਧਾ 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 ਫਿਰ ਅਸੀਂ ਦੋਨੇ ਭਰਾ ਬਣ ਗਏ ਅਤੇ ਸਾਡੀ ਫੈਮਿਲੀ ਰਿਲੇਸ਼ਨ ਹੋ ਗਏ ਗੱਲਬਾਤ ਹੁਣ ਮੈਨੂੰ ਸੱਚ ਦੱਸਣਾ ਵੋ ਨਹੀਂ ਮੈਂ ਸੱਚ ਨਹੀਂ ਦੱਸਦਾ ਨਹੀਂ ਸੱਚ ਹੀ ਦੱਸ ਦੂੰਗਾ ਗੱਲਬਾਤ ਸਾਡੀ ਫੇਸਬੁੱਕ ਤੋਂ ਹੋਈ ਜੀ ਮੈਂ ਇਹ ਕਹਿੰਦੀ ਹਾਂ ਕਿ ਪਰਮਾਤਮਾ ਇਹਨਾਂ ਨੂੰ ਸਦਾ ਖੁਸ਼ ਰੱਖੇ ਔਰ ਵੱਧ ਤੋਂ ਵੱਧ ਤਰੱਕੀ ਕਰਨ ਇਹ ਖੁਸ਼ੀਆਂ ਤਾਂ ਸਾਡੀਆਂ ਖੁਸ਼ੀਆਂ ਇਹਨਾਂ ਦੇ ਬਰਾਬਰ ਆ ਹੀ ਇਜ਼ ਲਾਈਕ ਆਲਵੇਜ਼ ਸਪੋਰਟ ਮੀ ਐਂਡ ਹੀ ਇਜ਼ ਵੈਰੀ ਸਟੇਟ ਫਾਰਵਰਡ ਬੋਏ ਐਂਡ ਜੋ ਵੀ ਦਿਲ 'ਚ ਹੁੰਦਾ ਉਹ ਹੀ ਮੂਹਤੇ ਹੁੰਦਾ ਛੋਟੇ ਹੁੰਦੇ ਬਲਜਿੰਦਰ ਜਿੱਦ ਬਹੁਤ ਕਰਦਾ ਸੀ ਜਿੱਦਾਂ ਜਦੋਂ ਕੁਛ ਵੀ ਕੋਈ ਚੀਜ਼ ਲੈਣੀ ਆ ਜਾਂ ਆਪਣੀ ਗੱਲ ਮਨਾਉਂਦਾ ਹੁੰਦਾ ਸੀ ਰੋ ਕੇ ਅਤੇ ਮੰਮੀ ਨੂੰ ਮੰਨਣਾ ਪੈਂਦਾ ਹੁੰਦਾ ਸੀ ਕਈ ਵਾਰੀ ਮੰਮੀ ਨੇ ਖਿੱਚਣਾ ਥੱਪੜ ਵੀ ਲਾਉਣਾ ਅਤੇ ਪਰ ਸਮਝ ਵੀ ਜਾਂਦਾ ਸੀ ਪਰ ਪਹਿਲਾਂ ਰੋ ਕੇ ਜਿੱਦ ਜ਼ਰੂਰ ਕਰਨੀ ਛੋਟੇ ਹੁੰਦੇ ਤੋਂ ਹੀ ਮਤਲਬ ਬਹੁਤ ਵਧੀਆ ਰਿਹਾ ਉਹਦਾ ਨੇਚਰ ਬਹੁਤ ਹੀ ਕਿਊਟ ਸੀਗਾ ਲਵਲੀ ਸੀਗਾ ਬਹੁਤ ਲਵਿੰਗ ਬੇਬੀ ਤੁਸੀਂ ਕਹਿ ਸਕਦੇ ਹੋ ਇੱਦਾਂ ਸੀਗਾ ਅਤੇ ਉਹ ਬਹੁਤ ਖੁਸ਼ ਦਿਲ ਆ ਬਹੁਤ ਹਸਮੁੱਖ ਆ ਖੁਸ਼ ਰਹਿਣ ਵਾਲਾ ਆ ਯਾਰੀ ਦਾ ਇਹੀ ਕਿ ਜਾ ਕੇ ਸਾਰਾ ਕੁਛ ਕਿੱਦਾਂ ਕਰਨਾ ਦੱਸ ਦਿੰਦੇ ਇਸ ਲਈ ਬਜਿੰਦਰ ਨੇ ਬਹੁਤ ਹੈਲਪ ਕੀਤੀ ਮੇਰੀ ਇੱਕ ਲਹਿੰਗਾ ਜੋ ਡਿਸਾਈਡ ਕਰਨਾ ਸੀ ਮੈਂ ਕਿਹਾ ਮੇਰੇ ਕੋਲ ਤਾਂ ਟਾਈਮ ਨਹੀਂ ਹੈਗਾ ਇੱਥੇ ਫੋਟੋਆਂ ਕਲਿੱਕ ਕਰਕੇ ਮੈਨੂੰ ਭੇਜਦੇ ਸੀ ਤੈਨੂੰ ਪਸੰਦ ਹੈ ਕਿ ਨਹੀਂ ਬਹੁਤ ਸ਼ੋਪ ਘੁੰਮੀਆਂ ਇਹਨਾਂ ਨੇ ਲਹਿੰਗੇ ਵਾਸਤੇ ਆਪਣੀ ਡਰੈਸ ਵਾਸਤੇ ਅਤੇ ਜਦੋਂ ਮੈਂ ਕਿਹਾ ਤਾਂ ਕਿ ਹਾਂ ਮੈਨੂੰ ਆਪ ਵਧੀਆ ਲੱਗਾ ਇਹਨੇ ਲਹਿੰਗੇ ਦੀ ਸਾਰੀ ਬੁਕਿੰਗ ਇਹਨਾਂ ਨੇ ਕੀਤੀ ਸੀ ਅਤੇ ਬਾਕੀ ਸ਼ੋਪਿੰਗ ਘਰਦਿਆਂ ਥੋੜ੍ਹੀ ਦੇਰ ਬਾਅਦ ਕੀਤੀ ਸੀ ਉਹ ਸ਼ਾਮ ਕੇ 10 ਦਿਨਾਂ ਦੇ ਵਿੱਚ ਸ਼ੋਪਿੰਗ ਪਾਰਲਰ ਬਸ ਇੱਥੇ ਲੰਘ ਗਏ ਸਾਰੇ ਸਭ ਤੋਂ ਵੱਡੀ ਗੱਲ ਮੇਰਾ ਗੁੱਸਾ ਫੈਲ ਲੈਂਦੀ ਉਹਨੂੰ ਗੁੱਸਾ ਬਹੁਤ ਆਉਂਦਾ ਕੁਛ ਕੁ ਮਿੰਟਾਂ ਦਾ ਆਉਂਦਾ ਪਰ ਜ਼ਿਆਦਾ ਆਉਂਦਾ ਸਭ ਉਹ ਜਲਦੀ ਕਰਦੇ ਆ ਅਤੇ ਗੱਲ ਸੁਣਨ ਤੋਂ ਪਹਿਲਾਂ ਉਹਨਾਂ ਨੂੰ ਗੁੱਸਾ ਆ ਜਾਂਦਾ ਉਹਨੇ ਤਾਂ ਮੈਨੂੰ ਕਦੀ ਨਹੀਂ ਕਿਹਾ ਪਰ ਮੈਨੂੰ ਪਤਾ ਮੇਰਾ ਗੁੱਸਾ ਮਾੜਾ ਬਾਕੀ ਤਾਂ ਸਾਰਾ ਕੁਛ ਵਧੀਆ ਭਾਅ ਜੀ ਮੇਰੇ ਤੋਂ ਪੁੱਛੇ ਤਾਂ ਬਿਨਾਂ ਕੋਈ ਕੰਮ ਨਹੀਂ ਕਰ ਪਾਉਂਦਾ ਅਤੇ ਮੈਂ ਭਾਅ ਜੀ ਤੋਂ ਪੁੱਛੇ ਇੱਥੇ ਤੱਕ ਜੇ ਘਰ ਦਾ ਗੇਟ ਵੀ ਖੋਲ੍ਹਣਾ ਇੱਕ ਦੂਜੇ ਨੂੰ ਪੁੱਛ ਕੇ ਖੋਲ੍ਹਣਾ ਮੈਂ ਆਪਣੇ ਪਿੰਡਿਆਂ ਜਾਂ ਭਾਅ ਜੀ ਆਪਣੇ ਘਰ ਆ ਮੈਂ ਕਿਤੇ ਗਿਆ ਹੋਇਆ ਇੱਕ ਦੂਜੇ ਤੋਂ ਪੁੱਛਦੇ ਵਗੈਰਾ ਹੀ ਰੋਟੀ ਨਹੀਂ ਛੋਟੇ ਹੁੰਦੇ ਆ ਸ਼ਰਾਰਤਾਂ ਤਾਂ ਸਾਰੇ ਅਕਸਰ ਕਰਕੇ ਵੱਡੇ ਹੁੰਦੇ ਆ ਪਰ ਕੋਈ ਇੱਦਾਂ ਦੀ ਕਿਸੇ ਤਰ੍ਹਾਂ ਦੀ ਇਹਦੀ ਕੋਈ ਕੰਪਲੇਨ ਨਹੀਂ ਕਿਸ ਤਰ੍ਹਾਂ ਦੀ ਵੀ ਅਜੇ ਤੱਕ ਕੋਈ ਕੰਪਲੇਨ ਨਹੀਂ ਮਿਲੀ ਉਹਦੀ ਮੈਂ ਤਾਂ ਇਹ ਅਰਦਾਸ ਕਰੂੰਗੀ ਕਿ ਪਰਮਾਤਮਾ ਅੱਗੇ ਖੁਸ਼ ਰਹਿਣ ਵਾਹਿਗੁਰੂ ਇਹਨਾਂ ਦੀ ਉਮਰ ਲੰਬੀ ਕਰੇ ਪਰਮਾਤਮਾ ਇਹਨਾਂ ਨੂੰ ਆਪਣੇ ਨਾਲ ਜੋੜੇ ਕਿ ਖੁਸ਼ ਰਹਿਣ ਤਾਂ ਇਹਨਾਂ ਦੇ ਨਾਲ ਅਸੀਂ ਵੀ ਪਤਾ ਨਹੀਂ ਹਰੇਕ ਭੈਣ ਭਰਾ 'ਚ ਇੰਨੀ ਅੰਡਰਸਟੈਂਡਿੰਗ ਜਾਂ ਪਿਆਰ ਹੁੰਦਾ ਹੋਊਗਾ ਮੈਨੂੰ ਪਤਾ ਨਹੀਂ ਪਰ ਸਾਡੇ 'ਚ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਪਿਆਰ ਆ ਅਤੇ ਇੱਦਾਂ ਪਿਆਰ ਬਣਿਆ ਰਹੇ ਅਸੀਂ ਜਿੱਥੇ ਵੀ ਰਹੀਏ ਖੁਸ਼ ਰਹੀਏ ਅਸੀਂ ਇਹਨੂੰ ਦੇਖ ਕੇ ਬੱਲੂ ਨੂੰ ਦੇਖ ਕੇ ਅਸੀਂ ਖੁਸ਼ ਹਾਂ